ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਮੰਗਲਵਾਰ ਅਤੇ ਵੀਰਵਾਰ ਨੂੰ ਕੀਤੇ ਜਾਂਦੇ ਹਨ ਡੋਪ ਟੈਸਟ। ਡਾਕਟਰ ਭੁਪੇਨ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਡੋਪ ਟੈਸਟ ਮੰਗਲਵਾਰ ਅਤੇ ਵੀਰਵਾਰ ਨੂੰ ਕੀਤੇ ਜਾਂਦੇ ਹਨ। ਇਸ ਗੱਲ ਦੀ ਜਾਣਕਾਰੀ ਡੋਪ ਟੈਸਟ ਕਰਨ ਵਾਲੇ ਡਾਕਟਰ ਭੁਪੇਨ ਵੱਲੋਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਹਰ ਵੀਰਵਾਰ ਅਤੇ ਮੰਗਲਵਾਰ ਨੂੰ ਡੋਪ ਟੈਸਟ ਕੀਤੇ ਜਾਂਦੇ ਹਨ। ਅੱਜ ਮੰਗਲਵਾਰ ਨੂੰ 31 ਲੋਕਾਂ ਦੇ ਡੋਪ ਟੈਸਟ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅਸਲਾ ਲਾਇਸੈਂਸ ਨੂੰ ਰੀਨਿਊ ਕਰਾਉਣ ਜਾਂ ਅਸਲਾ ਲਾਇਸੈਂਸ ਲੈਣ ਵੇਲੇ ਡੋਪ ਟੈਸਟ ਕਰਵਾਉਣਾ ਬੇਹੱਦ ਜ਼ਰੂਰੀ ਹੈ, ਜਿਸ ਦੇ ਚੱਲਦੇ ਲੋਕ ਇੱਥੇ ਡੋਪ ਟੈਸਟ ਕਰਵਾਉਣ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਰੂਟੀਨ ਦੇ ਵਿੱਚ ਡੋਪ ਟੈਸਟ ਕਰਵਾਉਣ ਵਾਲੇ 10 ਤੋਂ 15 ਲੋਕ ਪੋਜ਼ਿਟਿਵ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਮਨੋਰੋਗ ਚਿਕਿਤਸਕ ਕੋਲ ਭੇਜ ਦਿੱਤਾ ਜਾਂਦਾ ਹੈ ਅਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ। ਜੀ, ਡੋਪ ਟੈਸਟ ਆਮ ਲਾਇਸੈਂਸ ਜਿਨ੍ਹਾਂ ਦੇ ਰੀਨਿਊ ਹੋਣੇ ਆ ਉਹਨਾਂ ਵਾਸਤੇ ਕੀਤੇ ਜਾਂਦੇ ਹੈਗੇ ਆ, ਅਤੇ ਸਿਵਲ ਹੋਸਪਿਟਲ ਡਿਸਟ੍ਰਿਕਟ ਹੋਸਪਿਟਲ 'ਚ ਹਰ ਮੰਗਲਵਾਰ ਅਤੇ ਵੀਰਵਾਰ ਹੁੰਦੇ ਆ। ਜੀ, ਅੱਜ ਮੰਗਲਵਾਰ ਕਿੰਨੇ ਟੈਸਟ ਸਰ ਕੀਤੇ ਗਏ ਨੇ? ਅੱਜ 31 ਹੋਏ ਜੀ। ਜੀ, ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਟੈਸਟ ਕਰਵਾਉਣ ਆਉਂਦੇ ਲੋਕ? ਇਹਦੇ ਵਿੱਚ ਤਾਂ ਇਹੀ ਹੈ, ਲੋਕਾਂ ਦੇ ਜਿਹੜੇ ਪੋਜ਼ਿਟਿਵ ਪੁਸ਼ਪ ਆ ਜਾਂਦੇ ਹੈਗੇ ਉਹਨਾਂ ਨੂੰ ਇਹੀ ਕਹਿੰਦੇ ਹੁਣ ਸਾਇਕੈਟ੍ਰਿਸਟ ਕੋਲ ਭੇਜ ਦਿੰਦੇ ਹੁੰਦੇ ਉਹਨਾਂ ਨੂੰ, ਤਾਂ ਕਿ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ ਅਤੇ ਉਹ ਨਸ਼ਾ ਛੱਡ ਸਕਣ। ਬੇਸਿਕਲੀ ਗੌਰਮੈਂਟ ਨੇ ਉਹਨਾਂ ਨੂੰ ਸਾਇਕੈਟ੍ਰਿਸਟ ਕੋਲ ਭੇਜ ਕੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਤਾਂ ਕਿ ਉਹ ਨਸ਼ਾ ਛੱਡ ਸਕਣ। ਕਿੰਨੇ ਕੁ ਰੂਟੀਨ ਦੇ ਵਿੱਚ ਕਿੰਨੇ ਕੁ ਲੋਕ ਪੋਜ਼ਿਟਿਵ ਆਉਂਦੇ ਨੇ ਜੀ, ਜਿਹੜੇ ਟੈਸਟ ਕਰਵਾਉਣ ਆਉਂਦੇ ਲੋਕ? ਰੂਟੀਨ 'ਚ ਤੁਸੀਂ ਮੰਨ ਕੇ ਚੱਲੋ ਕਿ ਜਿੰਨੇ ਟੈਸਟ ਕਰਦੇ ਹੋ ਉਹਦੇ ਵਿੱਚ 10 ਤੋਂ 15% ਹੁੰਦੇ ਆ ਜੀ, ਇੰਨੇ ਪੋਜ਼ਿਟਿਵ ਆਉਂਦੇ ਆ।